ਇੱਕ ਵਾਰ ਇੱਕ ਕਿਸਾਨ ਆਪਣੇ ਖੇਤਾਂ ਨੂੰ ਜਾ ਰਿਹਾ ਸੀ। ਰਸਤੇ ਦੇ ਵਿੱਚ ਇੱਕ ਦਰਖਤ ਤੇ ਕਾਂ ਤੇ ਕੋਇਲ ਇਕੱਠੇ ਹੀ ਬੈਠੇ ਸੀ। ਪਹਿਲਾਂ ਕੋਇਲ ਨੇ ਗਾਣਾ ਸ਼ੁਰੂ ਕੀਤਾ। ਕੋਇਲ ਦਾ ਗਾਣਾ ਸੁਣ ਕੇ ਕਿਸਾਨ ਕਹਿਣ ਲੱਗਾ, ਵਾਹ ਕੀ ਆਵਾਜ਼ ਆ, ਪਰਮਾਤਮਾ ਨੇ ਕੋਇਲ ਨੂੰ ਕਿੰਨੀ ਮਿੱਠੀ ਆਵਾਜ਼ ਦਿੱਤੀ ਆ, ਜੀ ਕਰਦਾ ਇਹਨੂੰ ਸੁਣਦੇ ਹੀ ਰਹੀਏ। ਜਦੋਂ ਕੋਇਲ ਗਾ ਕੇ ਬੰਦ ਹੋ ਗਈ, ਉਸੇ ਵਕਤ ਹੀ ਕਾਂ ਬੋਲਣ ਲੱਗ ਪਿਆ, ਕਾਂ ਕਾਂ ਕਰਨ ਲੱਗ ਪਿਆ। ਇਹ ਸੁਣ ਕੇ ਉਹ ਕਿਸਾਨ ਕਹਿਣ ਲੱਗਾ, ਓਹੋ ਇਹ ਕਾਂ ਕਿੰਨਾ ਬੇਸੁਰਾ ਆ, ਇਹਦੀ ਕਾਂ ਕਾਂ ਕੰਨਾਂ ਦੇ ਵਿੱਚ ਚੁੱਭਦੀ ਆ, ਇਹਦੀ ਆਵਾਜ਼ ਤਾਂ ਸੁੱਤੇ ਪਿਆ ਨੂੰ ਜਗਾ ਦੇਵੇ, ਕਿੰਨੀ ਬੇਸੁਰੀ ਆਵਾਜ਼ ਆ। ਇਹ ਸੁਣ ਕੇ ਕਾਂ ਦੁਖੀ ਹੋ ਗਿਆ ਤੇ ਕੋਇਲ ਨੂੰ ਕਹਿਣ ਲੱਗਾ, ਕੋਇਲ ਭੈਣ ਪਰਮਾਤਮਾ ਕਿੰਨਾ ਬੇਇਨਸਾਫੀ ਕਰਦਾ, ਇੱਕ ਤਾਂ ਮੈਨੂੰ ਕਾਲਾ ਬਣਾ ਦਿੱਤਾ, ਉੱਤੋਂ ਮੈਨੂੰ ਆਵਾਜ਼ ਵੀ ਬੇਸੁਰੀ ਹੀ ਦਿੱਤੀ ਆ, ਪਰਮਾਤਮਾ ਨੇ ਮੇਰੇ ਨਾਲ ਇਹ ਅਨਿਆ ਕਿਉਂ ਕੀਤਾ ਮੈਨੂੰ ਨਹੀਂ ਪਤਾ। ਕੋਇਲ ਕਹਿਣ ਲੱਗੀ ਕਿ ਇਹ ਤਾਂ ਸਭ ਪਰਮਾਤਮਾ ਦੇ ਹੱਥ ਵਿੱਚ ਆ, ਉਹ ਜਿਹਨੂੰ ਜਿੱਦਾਂ ਦਾ ਚਾਹੁੰਦਾ ਉੱਦਾਂ ਦਾ ਹੀ ਬਣਾਉਂਦਾ, ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ। ਕੋਇਲ ਦੀ ਗੱਲ ਸੁਣ ਕੇ ਕਾਂ ਕਹਿਣ ਲੱਗਾ ਕਿ ਕੋਈ ਤਾਂ ਇੱਦਾਂ ਦਾ ਉਪਾਅ ਹੋਵੇਗਾ ਜਿਹਦੇ ਨਾਲ ਮੈਂ ਆਪਣੀ ਇਸ ਆਵਾਜ਼ ਨੂੰ, ਆਪਣੀ ਦੇਹ ਕਾਇਆ ਨੂੰ ਬਦਲ ਸਕਾਂ। ਕੋਇਲ ਕਹਿਣ ਲੱਗੀ, ਪੂਰੀ ਸ੍ਰਿਸ਼ਟੀ ਦੇ ਵਿੱਚ ਇੱਕ ਕੈਲਾਸ਼ਪਤੀ ਭਗਵਾਨ ਸ਼ਿਵ ਸ਼ੰਕਰ ਹੀ ਆ ਜਿਹੜੇ ਬ੍ਰਹਮਾ ਦੀ ਲੇਖਣੀ ਨੂੰ ਬਦਲ ਸਕਦੇ ਆ, ਉਹ ਤੈਨੂੰ ਬਦਲ ਸਕਦੇ ਆ। ਜੇਕਰ ਤੂੰ ਕਿਸੇ ਤਰ੍ਹਾਂ ਉਹਨਾਂ ਦੇ ਦਰਬਾਰ ਵਿੱਚ ਪਹੁੰਚ ਜਾਵੇਂ ਤਾਂ ਉਹ ਤੈਨੂੰ ਬਦਲ ਸਕਦੇ ਆ, ਹੋਰ ਕੋਈ ਤੈਨੂੰ ਨਹੀਂ ਬਦਲ ਸਕਦਾ। ਕੋਇਲ ਦੀ ਗੱਲ ਸੁਣ ਕੇ ਕਾਂ ਨੂੰ ਥੋੜ੍ਹਾ ਜਿਹਾ ਹੌਂਸਲਾ ਹੋ ਗਿਆ ਅਤੇ ਉਹਨੇ ਮਨ ਬਣਾ ਲਿਆ ਕਿ ਕੱਲ੍ਹ ਨੂੰ ਹੀ ਉਹ ਕੈਲਾਸ਼ ਵੱਲ ਉੱਡ ਜਾਵੇਗਾ, ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ, ਉਹ ਆਪਣੀ ਬਿਰਤੀ ਨੂੰ ਸਵਾਰ ਕੇ ਹੀ ਆਵੇਗਾ। ਮਨ ਵਿੱਚ ਪੱਕਾ ਨਿਸ਼ਚਾ ਕਰਕੇ ਕਾਗ ਕੈਲਾਸ਼ ਵੱਲ ਉੱਡ ਗਿਆ। ਕਈ ਮਹੀਨੇ ਲਗਾਤਾਰ ਉੱਡਦਾ ਰਿਹਾ, ਦਿਨ ਰਾਤ ਉੱਡਦਾ ਰਿਹਾ, ਅਖੀਰ ਉਹ ਪਰਮਾਤਮਾ ਦੇ ਰਹਿਮੋ ਕਰਮ ਦੇ ਨਾਲ ਕੈਲਾਸ਼ ਪਰਬਤ ਤੇ ਪਹੁੰਚ ਗਿਆ ਤੇ ਹੌਲੀ ਹੌਲੀ ਸ਼ਿਵ ਭਗਵਾਨ ਦੇ ਕੋਲ ਪਹੁੰਚ ਗਿਆ। ਸ਼ਿਵ ਭਗਵਾਨ ਨੂੰ ਜਾ ਕੇ ਉਹਨੇ ਪਹਿਲਾਂ ਤਾਂ ਮੱਥਾ ਟੇਕਿਆ। ਸ਼ਿਵ ਜੀ ਨੇ ਪੁੱਛਿਆ, ਹੇ ਕਾਗਰਾਜ, ਤੁਸੀਂ ਇੱਥੇ ਕਿਉਂ ਆਏ ਆ, ਕਿਉਂ ਪਧਾਰੇ ਆ, ਤੁਹਾਡੇ ਮਨ ਵਿੱਚ ਕੀ ਆ? ਤਾਂ ਕਾਂ ਕਹਿਣ ਲੱਗਾ ਕਿ ਹੇ ਸ਼ਿਵ ਭਗਵਾਨ, ਮੈਂ ਤੁਹਾਡੇ ਕੋਲ ਆਪਣੀ ਇੱਕ ਸਮੱਸਿਆ ਲੈ ਕੇ ਆਇਆ। ਭਗਵਾਨ ਕਹਿਣ ਲੱਗੇ, ਦੱਸ ਕੀ ਗੱਲ ਆ? ਤਾਂ ਉਹ ਕੌਂ ਕਹਿਣ ਲੱਗਾ, ਮਹਾਰਾਜ ਇੱਕ ਤਾਂ ਤੁਸੀਂ ਮੈਨੂੰ ਕਾਲਾ ਬਣਾ ਦਿੱਤਾ, ਉੱਤੋਂ ਮੇਰੀ ਆਵਾਜ਼ ਵੀ ਚੰਗੀ ਨਹੀਂ ਆ, ਲੋਕ ਮੇਰੀ ਆਵਾਜ਼ ਨੂੰ ਸੁਣ ਕੇ ਮੈਨੂੰ ਗਾਲਾਂ ਕੱਢਦੇ ਆ, ਬੁਰਾ ਭਲਾ ਬੋਲਦੇ ਆ, ਮੈਂ ਆਪਣੀ ਆਵਾਜ਼ ਨੂੰ ਤੇ ਆਪਣੀ ਦੇਹ ਕਾਇਆ ਨੂੰ ਬਦਲਣਾ ਚਾਹੁੰਦਾ। ਕੌਂ ਦੀ ਗੱਲ ਸੁਣ ਕੇ ਭਗਵਾਨ ਕਹਿਣ ਲੱਗੇ, ਤੈਨੂੰ ਇੱਥੇ ਕਿਹਨੇ ਭੇਜਿਆ? ਤਾਂ ਉਹਨੇ ਕੋਇਲ ਵਾਲੀ ਸਾਰੀ ਗੱਲਬਾਤ ਦੱਸ ਦਿੱਤੀ। ਸ਼ਿਵ ਭਗਵਾਨ ਕਹਿੰਦੇ, ਚੱਲ ਠੀਕ ਆ, ਤੂੰ ਜੋ ਚਾਹੁੰਦਾ ਮੈਂ ਉਹ ਕਰ ਦੇਵਾਂਗਾ, ਪਰ ਜਾ ਪਹਿਲਾਂ ਕੋਇਲ ਨੂੰ ਪੁੱਛ ਕੇ ਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਸੁਖੀ ਆ ਜਾਂ ਨਹੀਂ। ਸ਼ਿਵ ਭਗਵਾਨ ਦੀ ਗੱਲ ਮੰਨ ਕੇ ਕਾਂ ਫਿਰ ਉੱਡਿਆ, ਉਸੇ ਦਰਖਤ 'ਤੇ ਕੋਇਲ ਕੋਲ ਆਇਆ ਅਤੇ ਆ ਕੇ ਉਹਨੂੰ ਪੁੱਛਿਆ
ਕਿ ਕੋਇਲ ਭੈਣ ਤੂੰ ਆਪਣੀ ਜ਼ਿੰਦਗੀ ਵਿੱਚ ਸੁਖੀ ਆ, ਤੈਨੂੰ ਪਰਮਾਤਮਾ ਨੇ ਇੰਨੀ ਸੋਹਣੀ ਆਵਾਜ਼ ਦਿੱਤੀ ਆ, ਲੋਕ ਤੇਰੀ ਆਵਾਜ਼ ਨੂੰ ਬਹੁਤ ਪਸੰਦ ਕਰਦੇ ਆ। ਤਾਂ ਕੋਇਲ ਕਹਿਣ ਲੱਗੀ ਕਿ ਪਰਮਾਤਮਾ ਨੇ ਮੈਨੂੰ ਆਵਾਜ਼ ਤਾਂ ਬਹੁਤ ਮਿੱਠੀ ਦਿੱਤੀ ਆ, ਪਰ ਮੈਨੂੰ ਰੰਗ ਰੂਪ ਕਾਲਾ ਦੇ ਦਿੱਤਾ, ਹਨੇਰੇ ਵਿੱਚ ਤਾਂ ਮੈਂ ਦਿਸਦੀ ਵੀ ਨਹੀਂ, ਮੇਰੇ ਨਾਲੋਂ ਜ਼ਿਆਦਾ ਸੋਹਣਾ ਤਾਂ ਹੰਸ ਆ, ਜਿਹਦਾ ਸਫੈਦ ਰੰਗ ਦੇਖਣ ਲਈ ਦੂਰੋਂ ਦੂਰੋਂ ਲੋਕੀ ਆਉਂਦੇ ਆ, ਮੇਰੇ ਨਾਲੋਂ ਵੱਧ ਖੁਸ਼ ਤਾਂ ਉਹ ਰਹਿੰਦਾ, ਉਹਦੀ ਜ਼ਿੰਦਗੀ ਕਿੰਨੀ ਚੰਗੀ ਆ, ਮੇਰੇ ਬਸ ਵਿੱਚ ਹੁੰਦਾ ਤਾਂ ਮੈਂ ਹੰਸ ਬਣ ਜਾਂਦੀ। ਕੋਇਲ ਦੀ ਗੱਲ ਸੁਣ ਕੇ ਉਸ ਕਾਂ ਨੇ ਆਪਣਾ ਇਰਾਦਾ ਬਦਲ ਲਿਆ ਤੇ ਮੁੜ ਫਿਰ ਸ਼ਿਵ ਭਗਵਾਨ ਦੇ ਕੋਲ ਪਹੁੰਚਿਆ ਤੇ ਜਾ ਕੇ ਕਹਿਣ ਲੱਗਾ ਕਿ ਹੇ ਪ੍ਰਭੂ, ਕੋਇਲ ਵੀ ਆਪਣੀ ਜ਼ਿੰਦਗੀ ਵਿੱਚ ਪੂਰੀ ਖੁਸ਼ ਨਹੀਂ ਆ, ਉਹ ਵੀ ਹੰਸ ਬਣਨਾ ਚਾਹੁੰਦੀ ਆ, ਮੈਨੂੰ ਵੀ ਲੱਗਦਾ ਕਿ ਹੰਸ ਦੀ ਜ਼ਿੰਦਗੀ ਸਭ ਤੋਂ ਬਿਹਤਰ ਹੁੰਦੀ ਆ, ਤੁਸੀਂ ਮੈਨੂੰ ਹੰਸ ਬਣਾ ਦਿਓ। ਫਿਰ ਸ਼ਿਵ ਭਗਵਾਨ ਕਹਿਣ ਲੱਗੇ, ਠੀਕ ਆ, ਮੈਂ ਤੈਨੂੰ ਹੰਸ ਤਾਂ ਬਣਾ ਦੇਵਾਂਗਾ, ਜਾ ਪਹਿਲਾਂ ਹੰਸ ਨੂੰ ਪੁੱਛ ਕੇ ਆ ਕਿ ਉਹ ਪੂਰੀ ਤਰ੍ਹਾਂ ਖੁਸ਼ ਆ। ਕਾਂ ਉੱਡਿਆ ਨਦੀ ਦੇ ਵਿੱਚ ਹੰਸ ਕੋਲ ਗਿਆ ਤੇ ਜਾ ਕੇ ਪੁੱਛਿਆ, ਹੇ ਹੰਸ ਰਾਜ, ਤੇਰਾ ਰੰਗ ਕਿੰਨਾ ਚਿੱਟਾ ਦੁੱਧ ਵਰਗਾ, ਤੂੰ ਕਿੰਨਾ ਸੋਹਣਾ ਆ, ਤੈਨੂੰ ਤਾਂ ਆਪਣੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਆ। ਇਹ ਸੁਣ ਕੇ ਹੰਸ ਦੁਖੀ ਹੋ ਗਿਆ ਤੇ ਕੁਝ ਸੋਚਦਾ ਹੋਇਆ ਬੋਲਿਆ ਕਿ ਇਹ ਮੇਰਾ ਸਫੈਦ ਰੰਗ ਹੀ ਮੇਰਾ ਦੁਸ਼ਮਣ ਆ, ਲੋਕੀ ਮੈਨੂੰ ਦੇਖਣ ਆਉਂਦੇ ਆ ਤੇ ਮੇਰਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਦੇ ਆ, ਅੱਜ ਕੱਲ੍ਹ ਤਾਂ ਲੋਕੀ ਵੱਧ ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨ ਲੱਗ ਪਏ, ਮੈਨੂੰ ਤਾਂ ਹਰ ਵਕਤ ਇਹੀ ਡਰ ਸਤਾਉਂਦਾ ਰਹਿੰਦਾ ਕਿ ਕੋਈ ਮੈਨੂੰ ਮਾਰ ਕੇ ਖਾ ਨਾ ਜਾਵੇ, ਕੋਈ ਮੇਰਾ ਸ਼ਿਕਾਰ ਨਾ ਕਰ ਲਵੇ, ਇਸ ਕਰਕੇ ਮੈਂ ਵੀ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਆ। ਫਿਰ ਹੰਸ ਕਹਿਣ ਲੱਗਾ ਕਿ ਸਾਡੇ ਨਾਲੋਂ ਵੱਧ ਤਾਂ ਖੁਸ਼ ਮੋਰ ਆ, ਉਹਦੇ ਇੰਨੇ ਸੋਹਣੇ ਸੋਹਣੇ ਖੰਭ ਆ, ਉਹਨੂੰ ਪਰਮਾਤਮਾ ਨੇ ਇੰਨਾ ਸੋਹਣਾ ਬਣਾਇਆ, ਮੈਂ ਰਹਿ ਬਸ ਹੁੰਦਾ ਤਾਂ ਮੈਂ ਵੀ ਮੋਰ ਬਣ ਜਾਂਦਾ। ਹੁਣ ਹੰਸ ਦੀ ਗੱਲ ਸੁਣ ਕੇ ਕਾਂ ਨੇ ਫਿਰ ਮਨ ਬਦਲ ਲਿਆ, ਉਹ ਸਿੱਧਾ ਸ਼ਿਵ ਭਗਵਾਨ ਜੀ ਦੇ ਕੋਲ ਗਿਆ ਤੇ ਕਿਹਾ ਜਾ ਕੇ, ਹੇ ਮਹਾਰਾਜ, ਹੰਸ ਵੀ ਆਪਣੀ ਜ਼ਿੰਦਗੀ ਵਿੱਚ ਪੂਰਾ ਖੁਸ਼ ਨਹੀਂ ਆ, ਉਹਨੂੰ ਵੀ ਡਰ ਸਤਾਉਂਦਾ ਕਿ ਕੋਈ ਉਹਨੂੰ ਮਾਰ ਕੇ ਖਾ ਨਾ ਜਾਵੇ, ਉਹ ਕਹਿੰਦਾ ਆ ਕਿ ਮੋਰ ਸਭ ਤੋਂ ਜ਼ਿਆਦਾ ਸੋਹਣਾ ਹੁੰਦਾ, ਮੋਰ ਦੇ ਕਿੰਨੇ ਸੋਹਣੇ ਸੋਹਣੇ ਖੰਭ ਆ, ਜਦੋਂ ਉਹ ਪੈਲ ਪਾਉਂਦਾ ਕਿੰਨਾ ਸੋਹਣਾ ਲੱਗਦਾ, ਮੇਰੇ ਬਸ ਹੁੰਦਾ ਤਾਂ ਮੈਂ ਮੋਰ ਬਣ ਜਾਂਦਾ, ਤੁਸੀਂ ਹੁਣ ਮੈਨੂੰ ਮੋਰ ਹੀ ਬਣਾ ਦਿਓ। ਭਗਵਾਨ ਕਹਿਣ ਲੱਗੇ, ਠੀਕ ਆ, ਮੈਂ ਤੈਨੂੰ ਮੋਰ ਬਣਾ ਦਿੰਦਾ, ਜਾਂ ਇੱਕ ਵਾਰ ਮੇਰੇ ਕਹੇ 'ਤੇ ਮੋਰ ਨੂੰ ਵੀ ਜਾ ਕੇ ਪੁੱਛ ਲਾ ਕਿ ਉਹ ਸੁਖੀ ਆ ਜਾਂ ਨਹੀਂ। ਭਗਵਾਨ ਦਾ ਹੁਕਮ ਮੰਨ ਕੇ ਉਹ ਕਾਂ ਫਿਰ ਉੱਡਿਆ, ਜੰਗਲ ਵਿੱਚ ਮੋਰ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ, ਹੇ ਮੋਰ ਭਾਈ, ਤੂੰ ਇੰਨਾ ਸੋਹਣਾ, ਤੇਰੇ ਖੰਭ ਇੰਨੇ ਸੋਹਣੇ, ਜਦੋਂ ਤੂੰ ਪੈਲ ਪਾਉਂਦਾ ਸਾਰੇ ਲੋਕੀ ਤੈਨੂੰ ਖੜਖੜ ਦੇਖਦੇ ਆ, ਤੇਰੇ ਖੰਭਾਂ ਨੂੰ ਬੜੇ ਪਿਆਰ ਦੇ ਨਾਲ ਦੇਖਦੇ ਆ, ਕੀ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਆ? ਤਾਂ ਉਹ ਮੋਰ ਕਹਿਣ ਲੱਗਾ, ਨਹੀਂ, ਇਹ ਖੰਭ ਹੀ ਤਾਂ ਮੇਰੇ ਦੁਸ਼ਮਣ ਆ, ਇਹਨਾਂ ਖੰਭਾਂ ਕਰਕੇ ਲੋਕ ਮੈਨੂੰ ਮਾਰ ਦਿੰਦੇ ਆ ਤੇ ਮੇਰੇ ਖੰਭ ਨੋਚ ਕੇ ਲੈ ਜਾਂਦੇ ਆ, ਮੈਨੂੰ ਤਾਂ ਹਰ ਸਮੇਂ ਇਹੀ ਡਰ ਲੱਗਿਆ ਰਹਿੰਦਾ ਕਿ ਕੋਈ ਆ ਕੇ ਸ਼ਿਕਾਰੀ ਮੇਰੇ ਖੰਭ ਨਾ ਉਖਾੜ ਲਵੇ, ਕੋਈ ਮੈਨੂੰ ਮਾਰ ਨਾ ਦੇਵੇ, ਇਹ ਵੀ ਕੋਈ ਜ਼ਿੰਦਗੀ ਆ ਜਿਹੜੀ ਹਰ ਸਮੇਂ ਡਰ ਡਰ ਕੇ ਗੁਜ਼ਾਰਨੀ ਪੈਂਦੀ ਆ, ਮੇਰੀ ਸੁੰਦਰਤਾ ਹੀ ਮੇਰਾ ਦੁਸ਼ਮਣ ਬਣ ਚੁੱਕੀ ਆ, ਮੈਂ ਆਪਣੀ ਜ਼ਿੰਦਗੀ ਤੋਂ ਬਿਲਕੁਲ ਖੁਸ਼ ਨਹੀਂ ਹਾਂ।
ਹੁਣ ਕਾਂ ਨੂੰ ਸਮਝ ਨਹੀਂ ਸੀ ਆ ਰਹੀ ਫਿਰ ਆਪਣੀ ਜ਼ਿੰਦਗੀ ਵਿੱਚ ਸੁਖੀ ਕੌਣ ਆ। ਕਾਂ ਫਿਰ ਭਗਵਾਨ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ, ਮਹਾਰਾਜ ਉਹ ਮੋਰ ਵੀ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਆ, ਉਹ ਵੀ ਬਹੁਤ ਦੁਖੀ ਆ, ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ। ਫਿਰ ਕੁਝ ਸੋਚ ਕੇ ਉਹ ਕਾਂ ਕਹਿਣ ਲੱਗਾ, ਹੇ ਪ੍ਰਭੂ ਮੈਨੂੰ ਹੁਣ ਸਮਝ ਆ ਗਈ ਕਿ ਮੈਂ ਜਿੱਦਾਂ ਦਾ ਹਾਂ, ਮੈਨੂੰ ਪਰਮਾਤਮਾ ਨੇ ਜਿੱਦਾਂ ਦਾ ਬਣਾਇਆ ਮੈਂ ਉੱਦਾਂ ਦਾ ਹੀ ਖੁਸ਼ ਹਾਂ। ਹੁਣ ਨਾ ਤਾਂ ਮੈਂ ਮੋਰ ਬਣਨਾ ਚਾਹੁੰਦਾ, ਨਾ ਹੀ ਮੈਂ ਕੋਇਲ ਬਣਨਾ ਚਾਹੁੰਦਾ ਤੇ ਨਾ ਹੀ ਮੈਂ ਹੰਸ ਬਣਨਾ ਚਾਹੁੰਦਾ, ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਇਹ ਸੁਣ ਕੇ ਸ਼ਿਵ ਭਗਵਾਨ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਹੇ ਕਾਗਰਾਜ, ਮੈਂ ਤੈਨੂੰ ਇਹੀ ਤਾਂ ਸਮਝਾਉਣਾ ਚਾਹੁੰਦਾ ਸੀ ਕਿ ਪਰਮਾਤਮਾ ਨੇ ਜਿਹਨੂੰ ਜਿੱਦਾਂ ਦਾ ਬਣਾਇਆ ਉਹਨੂੰ ਉਸੇ ਤਰ੍ਹਾਂ ਦਾ ਹੀ ਖੁਸ਼ ਰਹਿਣਾ ਚਾਹੀਦਾ ਤੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮੰਨਣਾ ਚਾਹੀਦਾ।